ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਹਾਜ਼ਰਾਂ ਜੀ ਤੁਹਾਡੀ ਬੀ ਏ ਥਰਡ ਈਅਰ ਦੀ ਪੰਜਾਬੀ ਦੀ ਕਲਾਸ ਦੇ ਨਾਲ ਬੀ ਏ ਥਰਡ ਈਅਰ ਦੀ ਸਾਡੀ ਇਹ ਚੱਲ ਰਹੀ ਹੈ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਕਰ ਰਹੇ ਸੀ ਜੀ ਜਿਹੜੀ ਤੁਹਾਡੀ ਨਵੇਂ ਦਿਸ਼ਾ ਦੇ ਬੁੱਕ ਆ ਨਵੇਂ ਦਿਸ਼ਾ ਦੇ ਬੁੱਕ ਦੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਅਸੀਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਪਹਿਲੇ ਕਵੀ ਸ਼ੁਰੂ ਕੀਤੇ ਹੋਏ ਸੀ ਜੀ ਉਹ ਸੀਗੇ ਭਾਈ ਵੀਰ ਸਿੰਘ ਜੀ ਸੋ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਜਿਹੜੀਆਂ ਹਨ ਉਹ ਅਸੀਂ ਸਾਡੀ ਪਿਛਲੀ ਕਲਾਸਾਂ ਦੇ ਵਿੱਚ ਪੂਰੀਆਂ ਕਰ ਚੁੱਕੇ ਹਾਂ ਅਤੇ ਹੁਣ ਅਸੀਂ ਜਿਹੜੀ ਹੈ ਤੁਹਾਡੀ ਨਵੇਂ ਦਿਸ਼ਾ ਦੇ ਬੁੱਕ ਦੇ ਅਗਲੇ ਕਵੀ ਜਿਹੜੇ ਲੈ ਕੇ ਤੁਹਾਡੀ ਕਲਾਸ ਵਿੱਚ ਹਾਜ਼ਰ ਹੋਏ ਆ ਉਹ ਹਨ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਸੋ ਅੱਜ ਅਸੀਂ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਦੀਆਂ ਰਚਨਾਵਾਂ ਜਿਹੜੀਆਂ ਕਿ ਸਾਡੀ ਨਵੇਂ ਦਿਸ਼ਾ ਦੇ ਬੁੱਕ ਦੇ ਵਿੱਚ ਦਰਜ ਕੀਤੀਆਂ ਗਈਆਂ ਹਨ ਸੋ ਉਹਨਾਂ ਦੀ ਰਚਨਾਵਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਨਜ਼ਰ ਮਾਰਾਂਗੇ ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਜਿਹੜਾ ਜੀਵਨ ਸੀ ਉਹ ਕਿਸ ਤਰ੍ਹਾਂ ਦਾ ਸੀ ਸੋ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਜੀਵਨ ਮਾਰਨ ਤੋਂ ਬਾਅਦ ਫਿਰ ਅਸੀਂ ਉਹਨਾਂ ਦੀ ਚੱਲਾਂਗੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਸੋ ਆਪਾਂ ਸ਼ੁਰੂਆਤ ਕਰ ਰਹੇ ਹਾਂ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਜੀਵਨ ਤੋਂ ਸੋ ਸਾਡੇ ਜਿਹੜੇ ਅੱਜ ਦੀ ਜਿਹੜੀ ਕਲਾਸ ਹੈ ਉਹ ਫਿਰ ਸ਼ੁਰੂਆਤ ਹੋ ਰਹੀ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਤੋਂ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਜੀਵਨ ਬਾਰੇ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਜਿਹੜਾ ਜਨਮ ਹੈ 1881 ਈਸਵੀ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਜਨਮ 1881 ਈਸਵੀ ਵਿੱਚ ਪਿੰਡ ਸੱਲਾਹੜ ਐਬਟਾਬਾਦ ਜ਼ਿਲ੍ਹਾ ਐਬਟਾਬਾਦ ਦੇ ਵਿੱਚ ਹੋਇਆ ਇਹਨਾਂ ਦਾ ਜਿਹੜਾ ਜਨਮ ਸੀ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਹਨ ਪੰਜਾਬੀ ਦੇ ਆਧੁਨਿਕ ਮੌਲਿਕ ਜਿਹੜੇ ਹਨ ਦਾਰਸ਼ਨਿਕ ਰੁਚੀ ਰੱਖਣ ਵਾਲੇ ਕਵੀ ਸਨ ਇਹਨਾਂ ਦਾ ਜਿਹੜਾ ਜਨਮ ਸੀ 1881 ਈਸਵੀ ਦੇ ਵਿੱਚ ਪਿੰਡ ਸੱਲਾਹੜ ਜਿਹੜਾ ਹੈ ਐਬਟਾਬਾਦ ਵਿਖੇ ਹੋਇਆ ਸੀ ਸੋ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਕਰਤਾਰ ਸਿੰਘ ਜੀ ਸੀ ਤੇ ਜੇਕਰ ਇਹਨਾਂ ਦੀ ਅਸੀਂ ਵਿਦਿਆ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਇਹਨਾਂ ਨੇ ਆਪਣੀ 10ਵੀਂ ਦੀ ਵਿਦਿਆ ਸੀ 10ਵੀਂ ਤੱਕ ਦੀ ਜਿਹੜੀ ਵਿਦਿਆ ਸੀ ਉਹ ਇਹਨਾਂ ਨੇ ਰਾਵਲਪਿੰਡੀ ਮਿਸ਼ਨ ਸਕੂਲ ਤੋਂ ਹੀ 10ਵੀਂ ਦੀ ਜਿਹੜੀ ਵਿਦਿਆ ਸੀ ਉਹ ਪ੍ਰਾਪਤ ਕੀਤੀ ਸੀ ਫਿਰ ਉਸ ਤੋਂ ਬਾਅਦ ਉੱਚ ਕੋਟੀ ਦੀ ਵਿਦਿਆ ਪ੍ਰਾਪਤ ਕਰਨ ਦੇ ਲਈ ਇਹ ਟੋਕੀਓ ਜਾਪਾਨ ਜਿਹੜਾ ਹੈ ਉਹ ਚਲੇ ਗਏ ਸਨ ਸੋ ਜਾਪਾਨ ਦੇ ਵਿੱਚ ਜਾ ਕੇ ਇਹਨਾਂ ਨੇ ਕੈਮਿਸਟਰੀ ਦੀ ਜਿਹੜੀ ਪੜ੍ਹਾਈ ਸੀ ਉਹ ਸ਼ੁਰੂ ਕੀਤੀ ਸੀ ਸੋ ਕੈਮਿਸਟਰੀ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਉੱਨਤੀ ਵੀ ਕੀਤੀ ਸੀ ਅਤੇ ਜਾਪਾਨ ਦੇ ਵਿੱਚ ਇਹਨਾਂ ਨੇ ਬੜੀ ਜਾਪਾਨ ਦੇ ਵਿੱਚ ਜਾ ਕੇ ਇਹਨਾਂ ਨੇ ਬੜੀ ਉੱਨਤੀ ਵੀ ਕੀਤੀ ਜਾਪਾਨ ਦੇ ਵਿੱਚ ਹੀ ਸਵਾਮੀ ਰਾਮ ਤੀਰਥ ਦੇ ਸੰਗਤ ਦੇ ਵਿੱਚ ਵੇਦਾਂਤ ਦਾ ਇਹਨਾਂ ਦੇ ਉੱਤੇ ਵੇਦਾਂਤਾਂ ਦਾ ਇਹਨਾਂ ਦੇ ਉੱਤੇ ਰੰਗ ਚੜ੍ਹ ਗਿਆ ਅਤੇ ਜਿਸ ਕਰਕੇ ਇਹਨਾਂ ਨੇ ਸੰਨਿਆਸ ਵੀ ਧਾਰਨ ਕਰ ਲਿਆ ਸੀ ਸੋ ਉਸ ਤੋਂ ਬਾਅਦ ਜਦੋਂ ਇਹ ਭਾਰਤ ਵਾਪਸ ਆਏ ਤਾਂ ਭਾਰਤ ਵਾਪਸ ਆ ਕੇ ਇਹਨਾਂ ਨੇ ਡਾਇਮੰਡ ਜੁਬਲੀ ਇੰਸਟੀਟਿਊਟ ਦੇ ਪ੍ਰਿੰਸੀਪਲ ਵੀ ਇਹ ਰਹੇ ਸਨ ਡਾਇਮੰਡ ਜੁਬਲੀ ਇੰਸਟੀਟਿਊਟ ਜਿਹੜਾ ਸਕੂਲ ਸੀ ਉਸਦੇ ਵਿੱਚ ਜਿਹੜਾ ਲਾਹੌਰ ਦੇ ਵਿੱਚ ਹੈ ਉਸਦੇ ਇਹ ਪ੍ਰਿੰਸੀਪਲ ਵੀ ਰਹੇ ਸਨ ਇਸ ਤੋਂ ਬਾਅਦ 1907 ਦੇ ਵਿੱਚ ਫੋਰਸੈਟ ਰਿਸਰਚ ਇੰਸਟੀਟਿਊਟ ਦੇਹਰਾਦੂਨ ਦੇ ਵਿੱਚ ਰਸਾਇਣਿਕ ਸਲਾਹਕਾਰ ਜਿਹੜੇ ਸਨ ਬਣ ਗਏ ਅਤੇ 1912 ਦੇ ਈਸਵੀ ਦੇ ਵਿੱਚ ਇਹਨਾਂ ਨੇ ਸਿੱਖ ਐਜੂਕੇਸ਼ਨ ਕਾਨਫਰੰਸ ਸਿਆਲਕੋਟ ਵਿਖੇ ਇਹਨਾਂ ਦੀ ਜਿਹੜੀ ਭਾਈ ਵੀਰ ਸਿੰਘ ਜੀ ਦੀ ਜਿਹਦੇ ਨਾਲ ਮੁਲਾਕਾਤ ਹੋਈ ਉਹਨਾਂ ਦੀ ਸੰਗਤ ਵਿੱਚ ਵੀ ਰਹੇ ਅਤੇ ਜਿਸ ਦੇ ਕਾਰਨ ਇਹ ਵਾਪਸ ਆਪਣੇ ਧਰਮ ਦੇ ਵਿੱਚ ਪ੍ਰਵੇਸ਼ ਇਹਨਾਂ ਨੇ ਕੀਤਾ ਸੀ ਸੋ ਆਪ ਜਿਹੜੇ ਸਨ ਆਧੁਨਿਕ ਹਿੰਦੀ ਪੰਜਾਬੀ ਅੰਗਰੇਜ਼ੀ ਜ਼ੁਬਾਨਾਂ ਦੇ ਵਿਦਵਾਨ ਰਹਿ ਚੁੱਕੇ ਸਨ ਪ੍ਰਸਿੱਧ ਪੱਛਮੀ ਲੇਖਕ ਜਿਹੜੇ ਹਨ ਵੈਸਟਰਨ ਲੇਖਕ ਜਿਨ੍ਹਾਂ ਦੇ ਵਿੱਚੋਂ ਵਾਲਟ ਵਿਟਮੈਨ ਐਮਰਸਨ ਉਸ ਤੋਂ ਬਾਅਦ ਰਸਕਿਨ ਟੋਲਸਟਾਏ ਕਾਰਲਾਈਨ ਗੈਟੇ ਇਹ ਜਿਹੜੇ ਲੇਖਕ ਸਨ ਇਹਨਾਂ ਦੀਆਂ ਰਚਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਨ ਵਾਲੇ ਸਨ ਸੋ 50 ਵਰ੍ਹਿਆਂ ਦੀ ਉਮਰ ਵਿੱਚ ਤਪਦਿਕ ਜਿਹੜਾ ਹੈ ਤਪੇਦਿਕ ਦੀ ਬਿਮਾਰੀ ਦੇ ਕਾਰਨ 1931 ਦੇ ਵਿੱਚ ਜਿਹੜਾ ਸੀ ਇਹਨਾਂ ਦਾ ਸੁਰਗਵਾਸ ਹੋ ਗਿਆ ਸੀ ਸੋ ਆਪ ਫਿਰ ਅੱਗੇ ਗੱਲ ਕਰਦੇ ਹਾਂ ਜੀ ਇਹਨਾਂ ਦੀ ਰਚਨਾਵਾਂ ਦੀ ਇਹਨਾਂ ਦੇ ਜਿਹੜੀਆਂ ਰਚਨਾਵਾਂ ਸਨ ਉਹਨਾਂ ਦੇ ਵਿੱਚ ਵਾਰਤਕ ਦੇ ਖੇਤਰ ਵਿੱਚ ਇਹਨਾਂ ਦੇ ਖੁੱਲ੍ਹੇ ਮੈਦਾਨ ਖੁੱਲ੍ਹੇ ਘੁੰਡ ਖੁੱਲ੍ਹੇ ਆਸਮਾਨੀ ਰੰਗ ਜਿਹੜੇ ਸਨ ਉਹ ਬਹੁਤ ਜ਼ਿਆਦਾ ਛਪੀਆਂ ਸਨ ਸੋ ਉਹਨਾਂ ਦੀ ਮੌਤ ਤੋਂ ਬਾਅਦ ਹੀ ਜਿਹੜੀਆਂ ਰਚਨਾਵਾਂ ਛਪੀਆਂ ਸਨ ਖੁੱਲ੍ਹੇ ਜਿਹੜੇ ਹਨ ਖੁੱਲ੍ਹੇ ਲੇਖ ਨਿਬੰਧਾਂ ਦੀ ਜਿਹੜੀ ਪੁਸਤਕਾਂ ਸਨ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਵੀ ਗਿਣਤੀ ਵਿੱਚ ਉੱਚ ਦਾਰਸ਼ਨਿਕ ਮਿਆਰੀ ਰਚਨਾਵਾਂ ਜਿਹੜੀਆਂ ਸਨ ਉਹ ਕੀਤੀਆਂ ਸਨ ਸੋ ਆਪਣੇ ਪ੍ਰਸਿੱਧ ਰੂਸੀ ਲੇਖਕ ਟੋਲਸਟਾਏ ਦੀ ਰਚਨਾ ਜਿਹੜੀ ਹੈ ਉਸ ਦੇ ਉੱਤੇ ਜਿਹੜਾ ਹੈ ਮੋਇਆ ਦੀ ਜਾਗ ਅਤੇ ਕਾਰਲਾਈਨ ਦੀ
हीरो अते ओ हीरो वर्शिप जिहड़ी है पुस्तक दा जिहड़ा कलाकारी पूरन सल्ले जिहड़ा है अधीन अनुवाद जिहड़ा सी ओ कीता सी। प्रोफेसर पूरन सिंह जिहड़े हन बहुपक्खी मौलिक दार्शनिक अते खुल्ल विचारां दे शख्सियत दे मालिक सन। जेकर असीं कवितावां दे खेत्र विच इहनां दी गल करिए तां आधुनिक पंजाबी विच पूरन सिंह दा सर्वपक्खी जिहड़ा योगदान है ओह मन्निया जा सकदा है। उहनां ने पंजाबीयत दे बलशाली चरित्र नूं मौलिक शोहां दे के सिरजिया है। सो उहनां दीआं कवितावां दे विच पंजाबीआं दे गभरू मटियार, पंजाब दे खेत फसलां दरिया, पंजाब दे कामे कारीगर, प्राचीन विरसा जिहड़ा है ओह बहुत चंगी तरह जिहड़ा मतलब उगड़ता दिखाई दिता है। इन्हां रचनावां जिहड़ियां हन अजिहे ही विशेआं दे नाल भरिया पईआं हन। सो ये जिहड़े हन बहुत ही ज़्यादा सुंदरता सदीवी तड़कण ते सृजनात्मक सरोंद जिहड़ी है उसनों पहचानण वाले जिहड़े कवि आ उह मन्ने गए हन। तो अज जिहड़ियां रचनावां हन उन्हां इन्हां दी रचनावां दे विच्चों जिहड़ियां हन कई रचनावां जिहड़ियां हन ਉਹ ਸਾਡੇ ਸਾਹਮਣੇ ਜਿਹੜੀਆਂ ਉੱਭਰ ਕੇ ਆਉਂਦੀਆਂ ਹਨ ਜਿਨ੍ਹਾਂ ਤੋਂ ਇਹਨਾਂ ਦੀ ਭਾਸ਼ਾ ਦੀ ਰਵਾਨਗੀ ਤਾਜ਼ਗੀ ਜਿਹੜੀ ਹੈ ਉਹ ਸਾਨੂੰ ਦਿਖਾਈ ਦਿੰਦੀ ਹੈ। ਜਿਸ ਤਰ੍ਹਾਂ ਅੱਖਰਾਂ ਦੇ ਅੱਖਰ ਮੇਰੇ ਨਿੱਕੇ ਨਿੱਕੇ ਹੱਥਾਂ ਵਿੱਚੋਂ ਡਿੱਗ ਡਿੱਗ ਪੈਂਦੇ, ਮੇਰੇ ਨਿੱਕੇ ਨਿੱਕੇ ਹੱਥ ਦਾਤਾਂ ਵੱਡੀਆਂ, ਚਨਾ ਦੇ ਚਰਿਆ ਚਨਾ ਪਿਆ ਵਗ ਪਏ ਵਗ ਦੇ। ਸੋ ਇਸ ਪ੍ਰਕਾਰ ਕਈ ਤਰ੍ਹਾਂ ਦੀਆਂ ਰਚਨਾਵਾਂ ਹਨ ਜਿਹੜੀਆਂ ਬਹੁਤ ਜ਼ਿਆਦਾ ਸੁੰਦਰ ਇਹਨਾਂ ਦੀਆਂ ਲਿਖੀਆਂ ਹੋਈਆਂ ਹਨ। ਸੋ ਇਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਜਿਹੜੀਆਂ ਵਿੱਚੋਂ ਕੁਝ ਰਚਨਾਵਾਂ ਜਿਹੜੀਆਂ ਹਨ ਉਹ ਸਾਡੀ ਬੁੱਕ ਨਵੇਂ ਜਿਸ ਹੱਦੇ ਦੇ ਵਿੱਚ ਦਰਜ ਵੀ ਕੀਤੀਆਂ ਗਈਆਂ ਹਨ ਅਤੇ ਅਸੀਂ ਜਿਹੜੀ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕੇਂਦਰੀ ਭਾਵ ਸਾਹ ਜਿਹੜੀ ਹੈ ਉਹ ਆਪਣੀ ਇਸ ਬੁੱਕ ਦੇ ਆਧਾਰ 'ਤੇ ਹੀ ਕਰਨ ਜਾ ਰਹੇ ਹਾਂ। ਸੋ ਸ਼ੁਰੂਆਤ ਕਰਦੇ ਹਾਂ ਇਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ। ਇਹ ਸਾਡੀ ਬੁੱਕ ਦੇ ਵਿੱਚ ਦਿੱਤੀ ਹੋਈ ਸਭ ਤੋਂ ਪਹਿਲੀ ਜਿਹੜੀ ਰਚਨਾ ਹੈ ਜੀ ਉਹ ਹੈ ਮੇਰਾ ਟੁੱਟਾ ਜਿਹਾ ਗੀਤ ਦੀ ਸਭ ਤੋਂ ਪਹਿਲੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ ਆਪਾਂ ਇਹਨਾਂ ਦੀ ਰਚਨਾ ਦੀ ਮੇਰਾ ਟੁੱਟਾ ਜਿਹਾ ਗੀਤ ਜਿਸ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਹਨ ਉਹਨਾਂ ਨੇ ਆਪਣੀ ਜਿਹੜੀ ਹੈ ਕਵਿਤਾ ਦੇ ਸ਼ਕਤੀਸ਼ਾਲੀ ਅਤੇ ਵੇਗਮਈ ਆਵੇਗ ਦੇ ਬਾਰੇ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਜਿਹੜੀ ਕਵਿਤਾ ਹੈ ਉਸਨੂੰ ਉਹ ਲਿਖਣਾ ਚਾਹੁੰਦੇ ਹਨ ਅਤੇ ਪਰ ਆਪਣੇ ਆਪ ਨੂੰ ਹਜੇ ਉਸ ਤੋਂ ਜਿਹੜਾ ਅਣਜਾਣ ਵੀ ਦੱਸਦੇ ਹਨ ਕਿ ਉਹ ਇਹ ਬੱਚੇ ਦੀ ਨਿਆਈ ਜਿਹੜੀ ਹੈ ਆਪਣੇ ਆਪ ਨੂੰ ਸਮਝਦੇ ਹਨ ਕਿ ਉਹ ਹਜੇ ਕਵਿਤਾ ਲਿਖਣ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਬੱਚਾ ਹੀ ਸਮਝਦੇ ਹਨ। ਸੋ ਜਿਹੜੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਪ੍ਰੋਫੈਸਰ ਪੂਰਨ ਸਿੰਘ ਦੀਆਂ ਰਚਨਾਵਾਂ ਦੇ ਵਿੱਚੋਂ ਮੇਰਾ ਟੁੱਟਾ ਜਿਹਾ ਗੀਤ ਦੀ। ਸੋ ਕਹਿੰਦੇ ਅੱਖਰਾਂ ਦੇ ਅੱਖਰ ਮੇਰੇ ਨਿੱਕੇ ਨਿੱਕੇ ਹੱਥਾਂ ਦੇ ਵਿੱਚੋਂ, ਅੱਖਰਾਂ ਦੇ ਅੱਖਰ ਮੇਰੇ ਨਿੱਕੇ ਨਿੱਕੇ ਹੱਥਾਂ ਵਿੱਚੋਂ ਡਿੱਗ ਡਿੱਗ ਪੈਂਦੇ। ਕਹਿੰਦੇ ਅੱਖਰਾਂ ਦੇ ਅੱਖਰ ਮੇਰੇ ਨਿੱਕੇ ਨਿੱਕੇ ਹੱਥਾਂ ਵਿੱਚੋਂ ਡਿੱਗ ਡਿੱਗ ਪੈਂਦੇ, ਦਾਤਾਂ ਵੱਡੀਆਂ ਦਰਿਆ ਜਿਹੜੇ ਹਨ। ਕਹਿੰਦੇ ਮੇਰੇ ਨਿੱਕੇ ਨਿੱਕੇ ਹੱਥ ਦਾਤਾਂ ਵੱਡੀਆਂ, ਚਨਾ ਦੇ ਚਨਾ ਪਏ ਵਗਦੇ, ਸਾਰੇ ਗੁੰਮ ਜਾਂਦੇ ਮੈਂ ਥੀ ਸਾਰੇ ਮੁੜ ਲੱਭਦੇ ਨਾਹੀਂ। ਸੋ ਕਹਿੰਦੇ ਮੇਰੇ ਵਾਲ ਨੈਣ ਭੋਲੇ ਭਾਲੇ ਢੂੰਡ ਨਾ ਸਕਦੇ, ਸੋ ਭਾਵੇਂ ਬਾਲਣ ਚਾਰ ਚੁਫੇਰਿਆਂ। ਸੋ ਰੇਤਾ ਵਿੱਚ ਡੁੱਲੇ ਚਮਕਦੇ ਫੜ, ਰੇਤਾ ਵਿੱਚ ਡੁੱਲੇ ਚਮਕਦੇ ਫੜ ਨਹੀਂ ਹੁੰਦੇ। ਕਹਿੰਦੇ ਉਸ ਤੋਂ ਬਾਅਦ ਮੇਰੇ ਅੱਖਰਾਂ ਦੇ ਦਰਿਆ ਨੱਸਦੇ ਜਾਂਦੇ ਮੋਤੀਆਂ ਦੇ ਫੜ। ਸੋ ਆਪਾਂ ਬੜਾ ਦੀ ਪ੍ਰਸੰਗ ਕਰਾਂਗੇ ਜੀ। ਕਹਿੰਦੇ ਇਹ ਕਾਵਿ ਟੁੱਟਾ ਸਾਡੀ ਪਾਠ ਪੁਸਤਕ ਨਵੇਂ ਦੇ ਸਿਹਤੇ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਵਿਤਾ ਮੇਰਾ ਟੁੱਟਾ ਜਿਹਾ ਗੀਤ ਜਿਹੜਾ ਹੈ ਉਸ ਦੇ ਵਿੱਚੋਂ ਲਈ ਗਈ ਹੈ। ਇਸ ਕਵਿਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਜੀ ਨੇ ਜਿਹੜੀ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕਵਿਤਾ ਲਿਖਣ ਦੇ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਇੱਕ ਬੱਚੇ ਦੀ ਨਿਆਈ ਸਮਝਦੇ ਹੋਏ ਜਿਹੜਾ ਹੈ ਦੱਸਿਆ ਹੈ ਕਿ ਕਵਿਤਾ ਦੇ ਮਾਮਲੇ ਵਿੱਚ ਉਹ ਅਜੇ ਬਹੁਤ ਛੋਟੇ ਹੀ ਹਨ। ਸੋ ਵਿਆਖਿਆ ਕਰਾਂਗੇ ਜੀ। ਕਵੀ ਜਿਹੜਾ ਹੈ ਉਹ ਕਹਿੰਦਾ ਹੈ ਕਿ
काव दे आवेश समय मैं अपने आप नो एक बालक ही अनुभव करता हाँ। जो कविता जड़ी है वो काव कवि दे मन दे विच वसदी है, मन दे विच उत्पन्न हुंदी है, ता कवि इस उत्पन्नता दे मामले विच अपने आप नो एक बच्चा समझदा होया दसदा है कि जड़ा हन इस परमात्मा दी दात वजो दित्ती हुई जड़ी ए दात है ਉਹ ਬਹੁਤ ਵੱਡੀ ਹੈ ਪਰ ਮੇਰੇ ਹੱਥਾਂ ਦੇ ਵਿੱਚ ਸਮਾ ਨਹੀਂ ਸਕਦੀ। ਕਹਿੰਦੇ ਅੱਖਰਾਂ ਦੇ ਅੱਖਰ ਮੇਰੇ ਨਿੱਕੇ ਨਿੱਕੇ ਹੱਥਾਂ ਵਿੱਚੋਂ ਡਿੱਗ ਡਿੱਗ ਪੈਂਦੇ, ਮੇਰੇ ਨਿੱਕੇ ਨਿੱਕੇ ਹੱਥ ਦਾਤਾ ਵੱਡੀਆਂ ਚਨਾਂ ਦੇ ਚਨਿਆਂ ਪਏ ਵਗਦੇ। ਸੋ ਕਵੀ ਕਹਿੰਦਾ ਹੈ ਕਿ ਇਸ ਪਰਮਾਤਮਾ ਦੀ ਦਾਤ ਵਜੋਂ ਮਿਲ ਰਹੇ ਅੱਖਰਾਂ ਦੇ ਅੱਖਰ ਮੇਰੇ ਨਿੱਕੇ ਨਿੱਕੇ ਹੱਥਾਂ ਦੇ ਵਿੱਚੋਂ ਡਿੱਗ ਪੈਂਦੇ ਹਨ। ਉਸ ਪਰਮਾਤਮਾ ਦੀਆਂ ਵੱਡੀਆਂ ਦਾਤਾਂ ਦੇ ਚਨਾਂ ਦਰਿਆ ਪਏ ਵਗਦੇ ਹਨ, ਪਰ ਮੇਰੇ ਹੱਥ ਜਿਹੜੇ ਹਨ ਉਹ ਨਿੱਕੇ ਨਿੱਕੇ ਹਨ ਜੋ ਇਹਨਾਂ ਨੂੰ ਸੰਭਾਲ ਨਹੀਂ ਸਕਦੇ। ਸੋ ਕਵਿਤਾ ਦੇ ਲਈ ਆਏ ਹੋਏ ਸ਼ਬਦਾਂ ਦੇ ਭਾਵ ਜਿਹੜੇ ਹਨ ਉਹ ਮੇਰੇ ਹੱਥਾਂ ਵਿੱਚੋਂ ਡਿੱਗ ਡਿੱਗ ਕੇ ਗੁਆਚ ਜਾਂਦੇ ਹਨ ਅਤੇ ਇਹ ਦੁਬਾਰਾ ਮੈਨੂੰ ਲੱਭਦੇ ਨਹੀਂ ਹਨ। ਮੇਰੇ ਭੋਲੇ ਭਾਲੇ ਜਿਹੜੇ ਨੈਣ ਹਨ ਭਾਵੇਂ ਚਾਰੇ ਛੁਪੇਰੇ ਇਹਨਾਂ ਨੂੰ ਲੱਭਦੇ ਫਿਰਨ, ਪਰ ਕਹਿੰਦੇ ਢੂੰਡਦੇ ਫਿਰਨ ਪਰ ਉਹ ਇਹ ਉਹਨਾਂ ਨੂੰ ਲੱਭਦੇ ਨਹੀਂ ਹਨ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਰੇਤ ਵਿੱਚ ਡਿੱਗ ਪਏ ਹੋਣ। ਇਹ ਚਮਕਦੇ ਤਾਂ ਦਿਸਦੇ ਹਨ, ਇਹ ਚਮਕਦੇ ਤਾਂ ਦਿਸਦੇ ਹਨ ਪਰ ਇਹ ਫੜੇ ਨਹੀਂ ਜਾਂਦੇ। ਸੋ ਇਸ ਤਰ੍ਹਾਂ ਮੈਨੂੰ ਸ਼ਬਦਾਂ ਅਤੇ ਭਾਵ ਜਿਹੜੇ ਹਨ, ਭਾਵ ਕਹਿੰਦੇ ਤੇਜ਼ੀ ਨਾਲ ਵਗਦੇ ਹੋਏ ਚਨਾ ਦਰਿਆ ਜਿਹੜੇ ਹਨ ਉਹ ਚਨਾ ਦਰਿਆ ਵਰਗੇ ਲੱਗਦੇ ਹਨ ਜਿਨ੍ਹਾਂ ਵਿੱਚੋਂ ਮੋਤੀਆਂ ਦਾ ਜਿਹੜਾ ਹੜ੍ਹ ਹੈ ਉਹ ਆਇਆ ਹੋਇਆ ਹੋਵੇ। ਸੋ ਕਹਿੰਦੇ ਅਗਲਾ ਪੜਾ ਕਰਦੇ ਹਾਂ ਜੀ। ਕਹਿੰਦੇ ਮੈਨੂੰ ਰੰਗ ਬੰਨਣਾ ਨਹੀਂ ਆਉਂਦਾ ਹਾਲੀ, ਮੈਨੂੰ ਰੰਗ ਬੰਨਣਾ ਨਹੀਂ ਆਉਂਦਾ ਹਾਲੀ, ਉਹ ਰੰਗ ਜਿਹੜਾ ਕਦੇ ਕਦੇ ਮੇਰੇ ਅੰਦਰ ਕਣੀ ਕਣੀ ਅਚਨਚੇਤ ਵਰਦਾ, ਮਾੜਾ ਮਾੜਾ ਰੰਗ ਕੁਛ ਘੁਲ ਘੁਲ ਸਿਮਦਾ, ਰਮਜਾਂ ਉੱਚੀਆਂ ਨਾਦਾਨ ਮੇਡੀ ਉਮਰ ਹਾਲੀ, ਅਲਾਪ ਮੇਰਾ ਠੀਕ ਹੈ ਧੂਰ ਅੰਦਰ ਕਹਿੰਦੇ ਪਰ ਦੂਰ ਦੂਰ ਦਿਸਦਾ ਵਾਂਗ ਅਸਮਾਨ ਦੇ। ਕਹਿੰਦੇ ਪਰ ਖੜਾ ਨਿੱਕਾ ਬੱਚਾ ਤੜਾਕੀ ਜਿਹੀ ਪਾਈ ਮੈਂ, ਪਰ ਚਾਰ ਛੁਫੇਰਿਆਂ ਕਮਾਲ ਦਾ ਕੋਈ ਰਾਗ ਕਾਲਾ ਤੇ ਥੱਲਾਂ ਤੇ ਸਮਾਨ ਨਹੀਂ ਪਿਆ ਗੂੰਜਦਾ। ਸੋ ਕਵੀ ਜਿਹੜਾ ਹੈ ਉਹ ਆਪਣੇ ਆਪ ਨੂੰ ਇੱਕ ਬੱਚੇ ਦੀ ਨਿਆਈ ਸਮਝਦਾ ਹੋਇਆ ਕਹਿੰਦਾ ਹੈ ਕਿ ਕਵੀ ਜਿਹੜਾ ਹੈ ਕਵਿਤਾ ਦੇ ਬਾਹਰੀ ਰੂਪ ਅਰਥਾਤ ਆਪਣੀ ਕਾਵਿ ਸ਼ੈਲੀ ਦਾ ਜੋ ਹੈ ਉਸ ਦੇ ਬਾਰੇ ਵਿੱਚ ਗੱਲ ਕਰਦਾ ਹੈ ਕਿ ਉਸਨੂੰ ਹਜੇ ਰੰਗ ਬੰਨਣਾ ਨਹੀਂ ਆਉਂਦਾ। ਮਤਲਬ ਜਿਹੜੀ ਕਾਵਿ ਕਵਿਤਾ ਦੀ ਜਿਹੜੀ ਬਾਹਰਲੀ ਸ਼ੈਲੀ ਹੈ ਉਸਨੂੰ ਕਿਸ ਤਰ੍ਹਾਂ ਪੜ੍ਹਾ ਕੇ ਸਾਡੇ ਸਾਹਮਣੇ ਪੇਸ਼ ਕਰਨਾ ਹੈ ਉਸਦੇ ਬਾਰੇ ਗੱਲ ਕਰਦਾ ਹੋਇਆ ਕਹਿੰਦਾ ਹੈ ਕਿ ਮੈਨੂੰ ਹਜੇ ਰੰਗ ਬੰਨਣਾ ਨਹੀਂ ਆਉਂਦਾ। ਕਿ ਕਹਿੰਦੇ ਭਾਵ ਜਿਹੜਾ ਕਵੀ ਹੈ ਉਹ ਇਸ ਸੰਦਰਭ ਦੇ ਵਿੱਚ ਆਪਣੀ ਅਸਮਰਥਾ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ ਕਿ ਉਸ ਨੂੰ ਜਿਹੜਾ ਹੈ ਕਵਿਤਾ ਦਾ ਰੰਗ ਅਸਮਾਨੋਂ ਵਰਦਾ ਹੈ, ਕਣੀ ਕਣੀ ਉਸਦੇ ਅੰਦਰ ਘੁਲਦੀ ਹੈ ਅਤੇ ਉਸਨੂੰ ਹੂਬ ਹੂ ਪਕੜਨਾ ਜਿਹੜਾ ਹੈ ਉਸਨੂੰ ਨਹੀਂ ਆਉਂਦਾ। ਉਹ ਰੰਗ ਜਿਹੜਾ ਕਦੇ ਕਦੇ ਮੇਰੇ ਅੰਦਰ ਕਣੀ ਕਣੀ ਅਚਨਚੇਤ ਵਰਦਾ ਹੈ, ਕਹਿੰਦਾ ਕਵੀ ਕਹਿੰਦਾ ਹੈ ਕਣੀ ਕਣੀ ਉਸਦੇ ਅੰਦਰ ਘੁਲਦੀ ਹੈ ਅਤੇ ਹੂਬ ਹੂ ਪਕੜਨ ਜਿਹੜਾ ਹੈ ਉਸੇ ਰੰਗ ਨੂੰ ਹੂਬ ਹੂ ਪਕੜਨਾ ਉਸਦੀ ਸਮਰੱਥਾ ਤੋਂ ਬਾਹਰ ਹੈ। ਕਵੀ ਦੇ ਦਿਮਾਗ ਦੇ ਵਿੱਚ ਪਰਮਾਤਮਾ ਦੇ ਵੱਲੋਂ ਜਿਹੜਾ ਹੈ ਕਵਿਤਾ ਜਿਹੜੀ ਹੈ ਉਹ ਪੈਦਾ ਹੁੰਦੀ ਹੈ, ਉਸਦੀ ਕਣੀ ਕਣੀ ਜਿਹੜੀ ਹੈ ਬੱਦਲਾਂ ਵਾਂਗ ਬਦ ਵਰਦੀ ਹੈ। ਪਰ ਉਹ ਕਹਿ ਰਿਹਾ ਹੈ ਕਿ ਮੈਨੂੰ ਹੂਬ ਹੂ ਜਿਸ ਤਰ੍ਹਾਂ ਮੇਰੇ ਮਨ ਦੇ ਵਿੱਚ ਪੈਦਾ ਹੁੰਦੀ ਹੈ ਉਸੇ ਤਰ੍ਹਾਂ ਹੂਬ ਹੂ ਮੈਨੂੰ ਉਸਨੂੰ ਲਿਖਣਾ ਜਿਹੜਾ ਹੈ ਉਹ ਅਜੇ ਨਹੀਂ ਆਉਂਦਾ। ਸੋ ਮੇਰੇ ਅੰਦਰ ਦਾ ਅਜੇ ਜਿਹੜਾ ਗੁੜ ਭਾਵ ਪੈਦਾ ਹੁੰਦਾ ਹੈ ਮੇਰੇ ਅੰਦਰ ਜੋ ਅਜੇ ਗੁੜ ਭਾਵ ਪੈਦਾ ਹੁੰਦਾ ਹੈ ਪਰ ਉਹ ਕਹਿੰਦੇ ਉਸਦੇ ਸਾਹਮਣੇ ਮੇਰੀ ਉਮਰ ਅਜੇ ਨਿਆਣੀ ਹੈ। ਸੋ ਮੈਂ ਉਸਨੂੰ ਸਹੀ ਰੂਪ ਦੇ ਵਿੱਚ ਪੇਸ਼ ਨਹੀਂ ਕਰ ਸਕਦਾ। ਮੇਰੀ ਕਵਿਤਾ ਤਾਂ ਅਜੇ ਰਾਗ ਅਤੇ ਅਲਾਪ ਵਾਂਗ ਅਸਲ ਚੀਜ਼ ਤੋਂ ਬਹੁਤ ਪਰੇ ਹੈ। ਬੇਸ਼ੱਕ ਇਹ ਮੇਰੇ ਧੁਰ ਅੰਦਰੋਂ ਨਿਕਲਦੀ ਹੈ। ਹਾਲਾਂਕਿ ਮੈਂ ਸਮਝਦਾ ਹਾਂ ਕਿ ਕਵਿਤਾ ਜਿਹੜੀ ਹੈ ਉਹ ਮੇਰੇ ਧੁਰ ਅੰਦਰੋਂ ਨਿਕਲਦੀ ਹੈ ਪਰ ਅਸਲ ਕਵਿਤਾ ਜਿਸ ਵਿੱਚ ਮੈਂ ਆਪਣੇ ਪੂਰੇ ਭਾਵ ਪ੍ਰਗਟ ਕਰ ਸਕਾਂ ਉਸ ਤੋਂ ਇੰਨੀ ਹੀ ਦੂਰ ਹੈ ਜਿਸ ਤਰ੍ਹਾਂ ਧਰਤੀ ਅਸਮਾਨਾਂ ਤੋਂ ਦੂਰ ਹੈ। ਹਾਲਾਂਕਿ ਪਤਾ ਹੈ
कविता मेरे अंदरों ही पैदा होती है, पर असल दे विच मेरी जिहड़ी उस तो दूरी इन्नी है जिसनी धरती आसमान की दूरी है। सो कहिंदे जिहड़ा कवि है वह कहिंदा है कि कविता विच शब्दां दे आवेश नूं प्रगट करन दे मामले विच अपने आप नूं अजे जिहड़ा कवि है वह एक तड़ाकी वाला बच्चा ही समझदा है। सो मैं अपने आले दुआले जल थल ते आसमान दे विच कोई कमाल दा राग गूंजदा होया महसूस करदा हाँ, पर उसनों इन बिन दरसार नहीं सकता। मैनू लगता है कि मेरे आसे पासे चार छुपेरे परमात्मा दा जड़ा है, अच्छा कहते आसे पासे जल थल धरती आसमान ते कोई कमाल दा राग जड़ा है वह गूंज रहा है, मैनू गूंजदा होया महसूस हुंदा है, पर कहिंदे मैनू इन बिन मैं उसनों उस तरीके नाल दर्शा सकां ये मैनू हजे तक नहीं आता। सो अगे चलते हैं जी, कहिंदे मेरे हत्थां दे बनाए हार पुट्टे पज्जे निक्के निक्के हार मेरे बाल प्यार दे मेरे गीत गुम्मिया गुम्मिया कुत्था कुत्था जीत्या दिसदा एक हित सतर विच गुमदा कई दाणे पर मोतियां दे टुटे टुटे हार एह प्यारा देश नूं देवदा कहिंदे जमीन की आकाश वल भेजदा। सो कहिंदे मेरे जिहड़े गीत हन निक्के निक्के मेरे बाल हत्थां दे विचों मेरे बाल प्यार दे जिहड़े गीत हन कहिंदे बाल प्यार नाल गुंदे होए टुटे भज्जे हारां दे बराबर दे हन। यह इंज लगता है कि किमें एक एक गीत जड़ा है गीत रूप हार जड़ा है उस विचों कुछ कुछ गुआचिया है, जिस करके कई गीता रूपी हार के विचों कई जड़ियाँ चीज़ा हैं कई मूठ जड़िया गुआच गए हैं जिस दे कारण यह मैनू कुत्थे कुत्थे जिहे नज़र आ रहे हैं। हार समान इन्हां गीतां दा एक एक सत्र दे विच कई कई अखर भाव अखरां रूपी जड़े दाने हैं ओह कहिंदा मैनू गुआचे हुए प्रतीत हुंदे हैं, पर यह मोतियां दे गीत रूप विच कहिंदे गीत रूप खलेरदा ते मुड़ परोंदा होया धरती तों आसमान वल परमात्मा दे प्यारे देश वल भेजदा होया महसूस हुंदा है। सो अगे चलांगे जी, कहिंदे पंछी हां मान सरोवर नूं जाण वाला राह विच फंग अपने मोड़ कहिंदे मैं पंछी हां मान सरोवर झील वल जाण वाला। सो राह विच कहिंदा जिहड़ा मेरे अपने फंग हन खंभां नूं मोड़ मैं कणियां उडावदा फंग फड़फड़ाउंदा गाहां ते फुल्लां ते त्रेल कणियां सजाउंदा फुट्टे फुल्लां ते पावां त्रेल दियां डलियां चोल बागां दी मणियां दे भार नाल तोड़दा ए खुल जेही मेरी हुब दियां कड़ियां गोंदा तोड़ तोड़ मिल सारियां मैं मौजा माणदा मेरी बे इलमी दी वेहल दी पूरी प्रशी एह पूरी खुशी एह अथरुआं दी माला अनेक मेरे गला विच जांदा जांदा पंखेरू लैण विच लटकाउंदा। सो जिहड़ा कवि है वह कहता है कि मैं अपने आप को एक मान सरोवर झील वल जाण वाला पंछी अनुभव करता हाँ, तो कई पंछी रस्ते विच अपने खंभ रब्बी प्यार नाल भ्यों भ्यों के उस दियां कणियां नूं उड़ाउंदा हाँ, तो ये कणियां नूं मैं बाहां जड़ा है बहार दे फुल्लां ते त्रेल दियां मणियां दे वांग सजाउंदा हाँ, बागां दियां जड़ियां चोलियां वह मैं मणियां दे नाल नको नक भार दिंदा हाँ। यह मेरे मन विच पैदा होया शौक हुंदा है जिस प्रकार की होंद तोड़ तोड़ के मैं मौजा माणदा हाँ, इस समय मैं बे इलमी की अवस्था विच वेला होया खुशी जड़ा है पूरी की पूरी खुशी नूं माण रहा हुंदा हाँ, ते अपने देश प्यार विच उड़दा होया अपने पंखेरू नैणा विचों प्यार के अथरुआं दियां अनेक माला जड़ियां हन वह मतलब अटका लैंदा हाँ। सो दुनिया रंग दा एक अचंभा जिहड़ा छंभ दिसदा बाग दे बियाबान जंगल सारे मेरे खिडौने तंदूकारा विच पा मां पाया मेरा पंगूड़ा ते तारे मारे मैनू चात करदे कहिंदे मां हाथ नाल
अपने नाल हलाउंदी पंगूड़ा मेरा देंदी असका निलान विच मिठी मिठी लोरियां सो उथों दे सुपनिया दे गीत मैनू कुछ कुछ याद जेहे ओ आसमाना थी खे मैं खेडा विच तारिया दा एक मीह जिहा पौंदा कणी कणी वक्री वक्री मणि मणि त्रेल त्रेल मैं जो गूंज जांदा बरखा दी ठंड इक रंग बस इक राग मेरा इक अणहोईयां जिहियां टुट्टियां भज्जियां सुरां सो जिहड़ा कवि है इस दे विच दसण दी कोशिश करदा है कि ओह अजे इक बच्चे दी न्याई है उसनूं जिहड़ा है कविता दा कोई रंग बनना नहीं आउंदा ते ओह जिहड़ी अपनी कविता है उसनूं पूरी तरह जिहड़ा है साडे सामणे जिहड़ा बयान करन तों असमर्थ है ओह अपनी जिहड़ी है खुल वल दसदा है दरियावां दे कंढियां ते जा के जिहड़ा है अपने खुल नूं मानदा है अपनी खुशी नूं जिहड़ा है ओह इजहार उहनां खुशियां दा करदा है पर की जिहड़ा ओह जिहड़ा है कवि इस कविता दे विच करदा है ओह सब कुछ असीं साडी कल दी क्लास दे विच करांगे अज दी जिहड़ी क्लास साडी क्लास है ओह उस दे विच असीं सिर्फ इन्ना ही करांगे बाकी जिहड़ी साडी रह गई कविता है ओह असीं साडी अगली क्लास दे विच करांगे सो जिहड़ा अज दी जिहड़ी क्लास है ओह आपां इत्थे समाप्त करांगे सो तुहाडी ड्यूटी इक्को है जी प्रोफेसर पूरन सिंह जी ने जीवन बारे जो कुछ लिखिया है ओह बाकी जो कविता कराई गई है ओह जिहड़ी है उसदी प्रशंसा व्याह के तुसीं अपनी कापियां दे विच नोट जरूर करके रखोगे तां जो एग्जाम समय तुहाडी मदद हो सके सो बाकी जिहड़ी रह गई कविता ते सारी सारी कविता जिहड़ी है ओह असीं कल दोबारा एक बार तो रिपीट करांगे सो अज दी क्लास आपां इत्थे समाप्त करते हां धन्नवाद जी।